ਪਵਨ ਕੁਮਾਰ ਹੈ ਜੀ, ਸੇਵਾਦਾਰ ਮੰਦਰ ਬਾਗ ਵਾਲੀ ਮਾਤਾ। ਅਸੀਂ ਸ਼ਾਮੀ ਮੰਦਰ ਬੰਦ ਕਰਕੇ ਚਲੇ ਗਏ ਹਾਂ। ਸਵੇਰੇ ਜਿਹੜੇ 4:15 ਸੇਵਾਦਾਰ ਦੂਜਾ ਆ ਉੱਤਮ, ਉਹਨੇ ਮੰਦਰ ਖੋਲ੍ਹਿਆ ਅਤੇ ਤਾਲੇ ਟੁੱਟੇ ਦੇ ਸੀ ਡਾਂਗ ਨਾਲ, ਅੰਦਰੋਂ ਸੋਨੇ ਦੀ ਨੱਥ, ਮਾਤਾ ਦੀ ਪੰਜੇਬਾਂ, ਚੈਨ ਸੋਨੇ ਦੀ, ਹਾਰ ਇਹ ਲਾ ਕੇ ਅਤੇ ਲੈ ਗਿਆ। ਅਤੇ ਫਿਰ ਅਸੀਂ 112 'ਤੇ ਫੋਨ ਕੀਤਾ ਅਤੇ ਉਸੇ ਵੇਲੇ ਪੁਲਿਸ ਆ ਗਈ ਹੈ। ਪੁਲਿਸ ਵਾਲੇ ਵੀ ਪੂਰਾ ਸਹਿਯੋਗ ਕੀਤਾ, 2 ਘੰਟੇ ਸਵੇਰੇ ਲਾ ਕੇ ਗਏ ਨੇ 4 ਤੋਂ 6। ਹੁਣ ਫਿਰ ਪੁਲਿਸ ਵਾਲੇ ਇਨਕੁਆਇਰੀ ਕਰਕੇ ਗਏ ਨੇ। ਇਹ ਗੱਲ 'ਚ ਆਇਆ ਪੂਰਾ, ਵੀਡੀਓ ਆਈ ਦੀ, ਉਹਦੀ ਵੀਡੀਓ ਪਾਈ ਆ, ਅਸੀਂ ਸ਼ੇਅਰ ਕੀਤੀ ਆ ਗਰੁੱਪਾਂ 'ਚ। ਇਹ ਡਾਂਗ ਨਾਲ ਉਹਨੇ ਕੀਤਾ, ਲਿਆ ਡਾਂਗ ਲਿਆ, ਪਿੱਛੇ ਵਾਲਾ ਦਰਵਾਜ਼ਾ ਤੋੜਿਆ ਉਹਨੇ, ਦਰਵਾਜ਼ਾ ਤੋੜ ਕੇ ਫਿਰ ਅੰਦਰ ਕੈਂਚੀ ਗੇਟ ਨੂੰ ਲੱਤਾਂ ਲਾ ਕੇ ਜ਼ੋਰ ਲਾਇਆ, ਉਹ ਨਹੀਂ ਨਿਕਲਿਆ। ਫਿਰ ਇਹ ਡਾਂਗ ਲੈ ਕੇ ਇਸ ਡਾਂਗ ਨਾਲ ਫਿਰ ਅੰਦਰੋਂ ਉਹਨੇ ਖਿੱਚਿਆ ਸਭ ਕੁਛ। ਨੁਕਸਾਨ ਹੁਣ 6 ਗ੍ਰਾਮ ਸੋਨੇ ਦੀ ਨੱਥ ਹੈ ਅਤੇ ਤਕਰੀਬਨ 250 ਗ੍ਰਾਮ ਚਾਂਦੀ ਹੈ। ਪਿਛਲੇ ਸਾਲ ਵੀ ਇਹਨੇ ਗੱਲਾ ਤੋੜਿਆ, ਉਹ ਗੱਲੇ 'ਚ ਪਿਛਲੇ ਸਾਲ ਦੇ ਪੈਸੇ ਆਏ ਸੀ, ਇਸ ਵਾਰ ਉਹਦੇ ਕੋਲੋਂ ਗੱਲਾ ਅੱਧਾ ਟੁੱਟਿਆ, ਪੂਰਾ ਨਹੀਂ ਟੁੱਟਿਆ। ਪੁਲਿਸ ਵਾਲਿਆਂ FIR ਕਰ ਲਈ ਹੈ, ਹੁਣ ਉਹ ਕਹਿੰਦੇ ਵੀ ਅਸੀਂ ਤੁਹਾਨੂੰ 1-2 ਦਿਨ 'ਚ ਬੰਦਾ ਫੜ ਕੇ ਦੇ ਕਾਰਵਾਈ ਕਰਾਂਗੇ।